ਕਰਫਿਊ ਦੇ ਦੌਰਾਨ ਪੰਜਾਬ ਪੁਲਿਸ ਹੁਣ ਪੈਦਲ ਮਾਰਚ ਕੱਢ ਰਹੀ ਹੈ। ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾਵਾਂਗੇ ਕਿ ਕਿਸ ਤਰ੍ਹਾਂ ਪੰਜਾਬ ਪੁਲਿਸ ਜਿਹੜੀ ਹੈ ਉਹ ਲਗਾਤਾਰ ਪੈਦਲ ਮਾਰਚ ਜਿਹੜੀ ਕੱਢ ਕੇ ਇਕੱਲੀ ਇਕੱਲੀ ਗਲੀ ਦੇ ਅੰਦਰ ਜਾ ਕੇ ਲੋਕਾਂ ਨੂੰ ਸਮਝਾਇਆ ਜਾ ਰਿਹਾ ਹੈ ਕਿ ਤੁਸੀਂ ਆਪੋ ਆਪਣੇ ਘਰ, ਔਰ ਕਈ ਹਦਾਇਤਾਂ ਵੀ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਹੱਥ ਜਿਹੜੇ ਨੇ ਉਹ ਸੈਨੇਟਾਈਜ਼ ਕਰੋ, ਹੱਥ ਸਾਬਣ ਦੇ ਨਾਲ ਧੋਵੋ, ਔਰ ਬਾਹਰ ਜਦ ਨਿਕਲਣਾ ਹੈ ਤਾਂ ਉਹ ਮਾਸਕ ਪਾ ਕੇ ਨਿਕਲੋ, ਔਰ ਜਦ ਵੀ ਕੋਈ ਵਿਅਕਤੀ ਬਾਹਰੋਂ ਕੰਮ ਤੋਂ ਘਰ ਨੂੰ ਆਉਂਦਾ ਹੈ ਤਾਂ ਉਹ ਆਪਣੇ ਕੱਪੜੇ ਜਿਹੜੇ ਉਹ ਚੇਂਜ ਕਰਕੇ ਫਿਰ ਆਪਣੇ ਬੱਚਿਆਂ ਦੇ ਵਿੱਚ ਜਿਹੜਾ ਵਿਚਰੇ। ਸਾਡੇ ਨਾਲ ਇਸ ਸਮੇਂ ਥਾਣਾ 8 ਡਿਵੀਜ਼ਨ ਦੇ ਜਿਹੜੇ ਨੀਰਜ ਕੁਮਾਰ ਨੇ ਉਹ ਮੌਜੂਦ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਪੈਡਲ ਮਾਰਚ ਕੱਢਿਆ ਜਾ ਰਿਹਾ ਹੈ। ਹਾਂਜੀ ਸਰ, ਕਿਸ ਤਰੀਕੇ ਨਾਲ ਪੈਡਲ ਮਾਰਚ ਜਿਹੜਾ ਅੱਜ ਤੁਹਾਡੇ ਵੱਲੋਂ ਕੱਢਿਆ ਜਾ ਰਿਹਾ ਹੈ? ਜਿਸ ਨਾਲ ਲੋਕਡਾਊਨ ਔਰ ਕਰਫਿਊ ਇੰਪੋਜ਼ ਹੋਇਆ ਪੰਜਾਬ ਦੇ ਵਿੱਚ, ਲੋਕਾਂ ਨੂੰ ਵਾਰ ਵਾਰ ਅਪੀਲ ਕਰ ਰਹੇ ਹਾਂ ਕਿ ਇਸ ਇਨਫੈਕਸ਼ਨ ਤੋਂ ਬਚਣ ਲਈ ਵੱਧ ਤੋਂ ਵੱਧ ਆਪਣੇ ਘਰ 'ਚ ਰਹੋ ਔਰ ਕਰਫਿਊ ਦੀ ਉਲੰਘਣਾ ਨਾ ਕਰੋ। ਔਰ ਜਿਹੜੇ ਲੋਕ, ਕਾਫੀ ਲੋਕ ਚਲੋ ਇਹਨੂੰ ਫੋਲੋ ਵੀ ਕਰ ਰਹੇ ਆ, ਜਿਹੜੇ ਦੋ ਚਾਰ ਲੋਕ ਆ ਕੋਈ ਮੈਡੀਕਲ ਐਮਰਜੈਂਸੀ ਵਾਲੇ ਆ ਜਾਂ ਜਿਨ੍ਹਾਂ ਨੂੰ ਕਰਫਿਊ ਪਾਸ ਹੈ ਉਹ ਆ, ਜਿਹੜਾ ਉਹਨਾਂ ਤੋਂ ਇਲਾਵਾ ਜਿਹਦੇ ਕੋਈ ਪਾਸ ਨਹੀਂ ਹੁੰਦਾ ਉਹਦੇ ਖਿਲਾਫ਼ ਅਸੀਂ ਲੀਗਲ ਐਕਸ਼ਨ ਲੈ ਰਹੇ ਜੀ। ਸਰ, ਗੱਲ ਕਰੀਏ ਕਿ ਤੰਗ ਗਲੀਆਂ 'ਤੇ, ਅਤੇ ਗਲੀਆਂ ਦੇ ਵਿੱਚ ਅਜਿਹੀਆਂ ਗਲੀਆਂ ਨੇ ਜਿੱਥੇ ਵਹੀਕਲਸ ਵਗੈਰਾ ਨਹੀਂ ਜਾ ਸਕਦੇ, ਉੱਥੇ ਤੁਸੀਂ ਜਾ ਕੇ ਅਤੇ ਹਰ ਇੱਕ ਵਿਅਕਤੀ ਨੂੰ ਸਮਝਾ ਰਹੇ, ਲੇਕਿਨ ਕਈ ਵਿਅਕਤੀ ਇਹੋ ਜਿਹੇ ਨੇ ਕਿ ਗਲੀਆਂ ਦੇ ਬਾਹਰ ਜਿਹੜੇ ਕਈ ਲਿੱਡੋ ਖੇਲ ਰਹੇ ਨੇ, ਕਈ ਜਿਹੜੇ ਉਸ ਤਰ੍ਹਾਂ ਹੀ ਸ਼ਰਾਰਤੀ ਅਨਸਰ ਜਿਹੜੇ ਨੇ ਸਿਰਫ ਜਾਇਜ਼ਾ ਲੈਣ ਲਈ ਬਾਹਰ ਨਿਕਲ ਰਹੇ, ਕੀ ਕਾਰਵਾਈ ਕਰੇ? ਉਹਨਾਂ ਵਾਸਤੇ ਅਸੀਂ ਹੁਣ ਤੱਕ ਜੀ 28 ਕੇਸ ਰਜਿਸਟਰ ਕਰ ਚੁੱਕੇ ਹਾਂ ਥਾਣਾ 8 ਡਿਵੀਜ਼ਨ ਦੇ ਵਿੱਚ, ਜਿਹੜੇ ਲੋਕ ਇਹੋ ਜਿਹੇ ਕਰਫਿਊ ਦੀ ਉਲੰਘਣਾ ਕਰਦੇ ਆ। ਅਸੀਂ ਜਿਹੜੇ ਆ ਜਿਨ੍ਹਾਂ ਗਲੀਆਂ ਦੇ ਵਿੱਚ ਵਹੀਕਲ ਨਹੀਂ ਜਾਂਦਾ ਉੱਥੇ ਅਸੀਂ ਫੁੱਟ ਪੈਟਰੋਲਿੰਗ ਰਾਹੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ, ਮੈਗਾਫੋਨ ਰਾਹੀਂ ਲੋਕਾਂ ਨੂੰ ਬੁਲਾ ਕੇ ਔਰ ਲੋਕਾਂ ਨੂੰ ਬੋਲ ਕੇ ਸਾਰਾ ਦੱਸ ਰਹੇ ਹਾਂ ਜੀ। ਸਰ, ਕੀ ਲੱਗਦਾ ਹੈ ਕਿ ਕਰਫਿਊ ਦੇ ਵਿੱਚ ਜਿਹੜੇ ਕਿ ਪਹਿਲਾਂ ਚਿੱਟਾ ਵੇਚਦੇ ਸੀ, ਹੈਰਨ ਜਿਹੜੀ ਸਪਲਾਈ ਕਰਦੇ ਸੀ, ਹੁਣ ਉਹਦੇ ਵਿੱਚ ਕਮੀ ਆਈ ਹੈ? ਬਿਲਕੁਲ ਜੀ, ਸ਼ਟਡਾਊਨ ਹੋ ਗਿਆ ਪ੍ਰੋਪਰ ਸਾਰਾ, ਹਰ ਲੋਕਡਾਊਨ ਦੇ ਦੌਰਾਨ ਕੋਈ ਵੀ ਨਹੀਂ ਨਿਕਲ ਰਿਹਾ। ਬੇਸਿਕ ਨੈਸੈਸਿਟੀਸ ਵਾਸਤੇ ਜੋ DC ਸਾਹਿਬ ਵੱਲੋਂ ਟਾਈਮਿੰਗ ਦਿੱਤੀ ਗਈ ਆ, ਜਿਸ ਤਰ੍ਹਾਂ ਦੁੱਧ ਵਾਸਤੇ 5-8 ਆ, ਰਾਸ਼ਨ ਦੇ ਜਿਹੜੇ ਸਟੋਰ ਆ ਉਹਨਾਂ ਵਾਸਤੇ 2-6 ਆ, ਉਹ ਟਾਈਮਿੰਗ ਦੇ ਅਕੋਰਡਿੰਗ ਹੀ ਲੋਕਾਂ ਨੂੰ ਹੋਮ ਡਿਲੀਵਰੀ ਮਿਲ ਰਹੀ ਆ, ਉਹੋ ਜਿਹਾ ਕੁਛ ਵੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਨਹੀਂ ਆ ਰਹੇ ਬਾਹਰ। ਸੋ ਅਜੇ ਤੱਕ ਤੁਹਾਡੇ ਥਾਣੇ ਦੇ ਵਿੱਚ ਕੋਈ ਅਜਿਹਾ ਕੇਸ ਨਹੀਂ ਆਇਆ ਕਿ ਜਿਹੜਾ ਕਿ ਜਾਂ ਤਾਂ ਹੈਰਨ ਸਪਲਾਈ ਕਰਦਾ ਫੜਿਆ ਗਿਆ ਹੋਵੇ ਜਾਂ ਕੋਈ ਕ੍ਰਾਈਮ ਕਰਦਾ ਜਿਹੜਾ ਫੜਿਆ ਗਿਆ, ਕਿਉਂਕਿ ਕ੍ਰਾਈਮ ਦੀ ਜਿਹੜੀ ਰੇਸ਼ੋ ਹੈ ਲਗਾਤਾਰ ਪਹਿਲਾਂ ਵੱਧਦੀ ਜਾ ਰਹੀ ਸੀ, ਹੁਣ ਕਰਫਿਊ ਦੇ ਦੌਰਾਨ ਕ੍ਰਾਈਮ ਦੀ ਰੇਸ਼ੋ ਕਿਸ ਤਰ੍ਹਾਂ ਦੀ ਹੈ? ਬਿਲਕੁਲ ਜੀ, ਇਹੋ ਜਿਹਾ ਹਾਲੇ ਹੈਰੋਇਨ ਵਾਲਾ ਸਾਡੇ ਇੱਥੇ ਕੋਈ ਰਿਕਵਰੀ ਨਹੀਂ ਹੋਈ, ਮਾੜਾ ਮੋਟਾ ਜਿਹਾ ਕੋਈ ਦਾਰੂ ਵਾਲਾ ਜਾਂ ਉਹਦੇ ਵੀ ਅਸੀਂ ਕੇਸ ਰਜਿਸਟਰ ਕੀਤੇ ਅਲੱਗ ਤੋਂ। ਹੁਣ ਤੱਕ ਕਿੰਨੇ ਕੇਸ ਜਿਹੜੇ ਉਹ ਰਜਿਸਟਰਡ ਹੋ ਚੁੱਕੇ ਨੇ 188 IPC ਦੇ ਤਹਿਤ? ਉਹ ਅਸੀਂ 28 ਕੇਸ ਰਜਿਸਟਰ ਕਰ ਚੁੱਕੇ ਹਾਂ ਜੀ 188। ਹੁਣ ਜਿਹੜਾ ਉਲੰਘਣਾ ਇਸ ਚੀਜ਼ ਦੀ ਕਰੇਗਾ, ਹੋਰ ਅੱਗੇ ਵੀ ਤੁਹਾਡੇ ਵੱਲੋਂ ਪਰਚੇ ਦਿੱਤੇ ਆ? ਰੈਗੂਲਰ ਜਾਏਗਾ, ਜਿਹੜਾ ਅਸੀਂ ਲੋਕਾਂ ਨੂੰ ਸਮਝਾ ਸਕਦੇ ਹਾਂ, ਲੋਕਾਂ ਨੂੰ ਅਪੀਲ ਕਰ ਸਕਦੇ ਹਾਂ, ਮੈਗਾਫੋਨ ਰਾਹੀਂ ਅਪੀਲ ਵੀ ਕੀਤੀ ਜਾ ਰਹੀ ਆ, ਫਿਰ ਵੀ ਜਿਹੜਾ ਨਹੀਂ ਸਮਝਦਾ ਉਹਦੇ ਅਗੇਂਸਟ ਅਸੀਂ 188 ਦੇ ਪਰਚੇ ਦੇ ਰਹੇ ਹਾਂ। ਸੋ ਇਸ ਨੀਰਜ ਕੁਮਾਰ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਦੇਖਿਆ ਕਿ ਕ੍ਰਾਈਮ ਦੀ ਜਿਹੜੀ ਰੇਸ਼ੋ ਹੈ ਕਰਫਿਊ ਦੇ ਦੌਰਾਨ ਕਾਫੀ ਘੱਟ ਹੋਈ ਹੈ, ਔਰ ਨੀਰਜ ਕੁਮਾਰ ਜੀ ਦਾ ਇਹ ਕਹਿਣਾ ਹੈ ਕਿ 188 IPC ਦੇ ਤਹਿਤ ਉਹਨਾਂ ਨੇ 28 ਜਿਹੜੇ 28 ਪਰਚੇ ਦਰਜ ਕੀਤੇ ਨੇ, ਔਰ ਲਗਾਤਾਰ ਜਿਹੜਾ ਕਰਫਿਊ ਦੀ ਉਲੰਘਣਾ ਕਰੇਗਾ ਉਹਦੇ ਅਗੇਂਸਟ ਵੀ ਪਰਚੇ ਦਰਜ ਕੀਤੇ ਜਾਣਗੇ। ਕੈਮਰਾਮੈਨ ਸੁਨਸੁੜ ਦੇ ਨਾਲ ਵਿਸ਼ਾਲ ਸ਼ਰਮਾ, ਲਾਈਵ ਅੰਮ੍ਰਿਤਸਰ। लाइव अमृतसर को लाइक करें, फॉलो करें और सब्सक्राइब करें। नोटिफिकेशन के लिए बेल आइकन दबाना ना भूलें। आपका हर कमेंट हमारे लिए प्रोत्साहन का काम करता है।